ਜੀ ਆਹ ਤੁਹਾਨੂੰ ਜਿਹੜੀ ਚਾਹ ਸਾਡੀ ਲੈਫਟ ਓਵਰ ਰਹਿ ਗਈ ਸੀਗੀ ਇਹਦੇ 'ਚ ਤੁਹਾਨੂੰ ਅਸੀਂ ਡੈਮੋ ਦੇਵਾਂਗੇ ਵੀ ਜੇ ਤੁਹਾਡੇ ਕੋਲ ਚਾਹ ਪਾਉਣੀ ਨਾ ਹੋਵੇ ਤਾਂ ਤੁਸੀਂ ਕਿਵੇਂ ਚਾਹ ਪਾਉਣੀ ਹੈਗੀ ਆ ਆਹ ਦੇਖੋ ਚਾਹ ਦੇਖੋ ਬਾਈ ਇੱਧਰ ਚਾਹ ਵਾਲਾ ਕੈਮਰਾ ਕਰਿਓ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਮੈਨੂੰ ਗੀਤਾ ਜੈਲਦਾਰ ਜੀ ਦਾ ਗੀਤ ਯਾਦ ਆ ਗਿਆ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਆਹ ਦੇਖੋ ਚਾਹ ਮੇਰੀ ਵਾਕਈ ਰਿਜ ਵਿਚਾਰੀ ਕਮਲੀ ਹੋਈ ਆ ਅਤੇ ਇਹਨੂੰ ਆਪਾਂ ਆਗਰੇ ਭੇਜਣਾ ਕਿ ਪੀ ਲੈਣੀ ਆ ਹੈ ਇਹਨੂੰ ਆਗਰੇ ਭੇਜਣਾ ਕਿ ਆਪਾਂ ਪੀ ਲੈਣੀ ਨਹੀਂ ਪੀ ਲੈਣੀ ਆਪਾਂ ਗੁੜ ਜੋ ਗਏ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਲਓ ਜੀ ਆਹ ਗਗਨ ਬਾਈ ਦਾ ਗਲਾਸ ਆਹ ਮੇਰਾ ਗਲਾਸ ਗਲਾਸ ਪੱਕੀ ਗੱਲ ਆਪਣਾ ਮੇਰਾ ਹਾਂਜੀ 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 ਮੈਂ ਕਹਿੰਦਾ ਜੀ ਮੈਂ ਤਾਂ ਪੂਰਾ ਇਹਨਾਂ ਗੱਲਾਂ ਲਈ ਬੜਾ ਪਰਟੀਕੁਲਰ ਹਾਂ ਆਹ ਦੇਖੋ ਜੀ ਸੋਰੀ ਹੁਣ ਸਾਡੀ ਪੌਣੀ ਅਸੀਂ ਪ੍ਰਟੈਂਡ ਕਰ ਰਹੇ ਹਾਂ ਵੀ ਸਾਡੀ ਪੌਣੀ ਗੁੰਮ ਹੋ ਗਈ ਵੈਸੇ ਸਾਡੇ ਕੋਲ ਪੌਣੀ ਹੈਗੀ ਆ ਪਰ ਅਸੀਂ ਪ੍ਰਟੈਂਡ ਕਰ ਰਹੇ ਸਾਡੇ ਕੋਲ ਪੌਣੀ ਨਹੀਂ ਹੈਗੀ ਪੌਣੀ ਰੱਖਦੀ ਸਾਈਡ 'ਤੇ ਜੇ ਤੁਹਾਡੇ ਕੋਲ ਪੌਣੀ ਨਾ ਹੋਵੇ ਤਾਂ ਤੁਸੀਂ ਕਿਵੇਂ ਚਾਹ ਪਾਉਣੀ ਆ ਆਹ ਦੇਖੋ ਜੀ ਪੇਪਰ ਟਾਵਲ ਬੌਂਟੀ ਦਾ ਲਓ ਸਕੋਟੀ ਦਾ ਲਓ ਜਿਹੜਾ ਮਰਜ਼ੀ ਸਵਾਦ ਅਨੁਸਾਰ ਇੱਦਾਂ ਰੱਖ ਇੱਦਾਂ ਰੱਖਣਾ ਅਤੇ ਆਹ ਰੱਖ ਕੇ ਥੋੜ੍ਹੀ ਜਿਹੀ ਚੁੰਝ ਜਿਹੀ ਬਣਾ ਲੈਣੀ ਹੈ ਜੀ ਆਹ ਦੇਖੋ ਅਤੇ ਭਾਅ ਜੀ ਸਿਰਫ ਤੁਸੀਂ ਯੂਜ਼ ਉਦੋਂ ਕਰਨਾ ਐਮਰਜੈਂਸੀ ਵੇਲੇ ਬਿਲਕੁਲ ਅਨਸਰ ਦੇ ਅਨਸਰ ਦੇ 'ਚ ਕਿਉਂਕਿ ਇਹਨਾਂ ਵਿੱਚ ਕੋਈ ਕੈਮੀਕਲ ਵੀ ਹੁੰਦੇ ਨੇ ਜਿਨ੍ਹਾਂ ਦਾ ਤੁਹਾਨੂੰ ਰਿਐਕਸ਼ਨ ਹੋ ਸਕਦਾ ਜਾਂ ਇਹ ਰੀਸਾਈਕਲਡ ਪੇਪਰ ਤੋਂ ਬਣੇ ਹੁੰਦੇ ਹਾਂ ਟੂ ਐਵਰੀ ਐਕਸ਼ਨ ਦੇਅਰ ਇਜ਼ ਏ ਆਪੋਜ਼ਿਟ ਰਿਐਕਸ਼ਨ ਹੋ ਸਕਦਾ ਪਰ ਮੈਂ ਇੱਕ ਗੱਲ ਇੱਥੇ ਢਿੱਲੋਂ ਸਾਹਿਬ ਐਡ ਕਰਨੀ ਚਾਹੂੰਗਾ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੇ ਆਪਾਂ ਬਾਕੀ ਜੰਕ ਫੂਡ ਖਾਂਦੇ ਹਾਂ ਉਹਦੇ ਨਾਲ ਉਹ ਇਹ ਕਾਗਜ਼ ਜ਼ਰੂਰ ਹੈਲਥੀ ਹੋਊਗਾ ਹਾਂ ਦੇਖੋ ਜੀ ਇਹ ਕੀਤੀ ਸਿਆਣੇ ਬੰਦਿਆਂ ਵਾਲੀ ਗੱਲ ਆਹ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਆਹ ਦੇਖੋ ਚਾਹ ਨੂੰ ਚੜ੍ਹ ਰਹੀ ਹੈ ਬਿਲਕੁਲ ਸਾਫ਼ ਚਾਹ ਬਾਹਰ ਆ ਰਹੀ ਆ ਠੀਕ ਹੈ ਜੀ ਇਹ ਮੈਂ ਤੁਹਾਨੂੰ ਇਹਨੂੰ ਤੁਸੀਂ ਘੁੱਟ ਵੀ ਸਕਦੇ ਹੋ ਜੇ ਉਂਗਲਾਂ ਸਾਫ਼ ਹੋਣ ਤਾਂ ਹਾਂ ਪਰ ਹਾਂ ਚਲੋ ਠੀਕ ਆ ਹਾਂ ਪਰ ਨਹੀਂ ਮੈਨੂੰ ਉਂਗਲਾਂ ਜੇ ਉਂਗਲਾਂ ਸਾਫ਼ ਹੋਣ ਤਾਂ ਹਾਂ ਪਰ ਮੇਰੀ ਉਂਗਲਾਂ ਹਾਲੇ ਗੰਦੀਆਂ ਨੇ ਇਸ ਕਰਕੇ ਆਪਾਂ ਘੁੱਟਣਾ ਨਹੀਂ ਠੀਕ ਹੈ ਜੀ ਆਹ ਦੇਖਾ ਜੀ ਠੀਕ ਹੈ ਜੀ ਆਹ ਦੇਖੋ ਚਾਹ ਬਿਲਕੁਲ ਅਤੇ ਚਾਹ ਬਿਲਕੁਲ ਸਾਫ਼ ਇਹ ਸਾਡੀ ਲੈਫਟ ਓਵਰ ਚਾਹ ਹੈ ਆਹ ਦੇਖੋ ਬਾਈ ਜੀ ਆਹ ਤੁਹਾਡੀ ਚਾਹ ਠੀਕ ਆਹ ਵਾਲੀ ਚਾਹ ਘੁੱਟ ਕਿਵੇਂ ਭਰਨੀ ਹੈ ਵੀ ਦੱਸ ਹਾਂ ਓਕੇ ਹੁਣ ਬੋਲਣਾ ਮਜ਼ਾ ਲਈਏ ਆਹ ਦੇਖੋ ਜੀ ਘੁੱਟ ਬਣੇ ਆਰਾਮ ਨਾਲ ਕਿਉਂਕਿ ਬੁੱਲ ਮੱਤ ਸਕਦੇ ਨੇ ਉਹ ਚੀਨੀ ਬਣੇ ਭੁੱਲ ਗਏ